ਸਬਸਕ੍ਰਾਈਬ ਕਰੋ ਆਪਣੀ ਖੇਤੀ ਚੈਨਲ ਨੂੰ। ਖੇਤੀਬਾੜੀ ਦੀਆਂ ਨਵੀਆਂ ਵੀਡੀਓ ਸਭ ਤੋਂ ਪਹਿਲਾਂ ਵੇਖਣ ਲਈ ਬੈਲ ਬਟਨ ਦਬਾਓ। ਮੇਰਾ ਨਾਮ ਗੁਰਜੰਗ ਸਿੰਘ ਹੈ, ਵਨ ਬਲਾਕ ਅਫਸਰ ਵਿਸਥਾਰ ਬਠਿੰਡਾ, ਜਿਹਦੇ ਵਿੱਚ ਲਗਭਗ 292 ਪਿੰਡ ਹੈ ਅਤੇ 170 ਦੇ ਪਿੰਡ ਅਸੀਂ ਕਵਰ ਕਰ ਚੁੱਕੇ ਹੈਗੇ ਆਪਦੇ ਸਬਮਿਸ਼ਨ ਔਨ ਐਗਰੋਫੋਰੈਸਟਰੀ ਸਕੀਮ ਦੇ ਤਹਿਤ ਕਿਸਾਨਾਂ ਵਾਸਤੇ। ਜਿਨ੍ਹਾਂ ਕਿਸਾਨਾਂ ਨੇ ਪਿਛਲੇ 2 ਸਾਲਾਂ ਦੇ ਵਿੱਚ ਪੌਦੇ ਲਾਏ ਹੈ ਜਾਂ ਲਾਉਣੇ ਹੈ, ਉਹ ਇਸ ਸਕੀਮ ਦਾ ਫਾਇਦਾ ਉਠਾ ਸਕਦੇ ਹੈ। ਇਸ ਸਕੀਮ ਦਾ ਜਿਹੜਾ ਮੁੱਖ ਮੰਤਵ ਵਾਤਾਵਰਨ ਨੂੰ ਸ਼ੁੱਧ ਕਰਨਾ। ਇਸ ਦੇ ਵਿੱਚ ਤੁਸੀਂ ਇੱਕ ਪੌਦੇ ਦੀ ਉਦਾਹਰਨ ਦੇ ਤੌਰ 'ਤੇ ਆਪਾਂ ਗੱਲ ਕਰੀਏ ਤਾਂ ਇੱਕ ਪੌਦੇ ਦੇ ਖਰਚਾ 70 ਰੁਪਏ ਆਉਂਦਾ, ਜਿਹਦੇ 'ਚੋਂ 35 ਰੁਪਏ ਸਰਕਾਰ ਨੇ ਕਿਸਾਨ ਨੂੰ ਦੇਣੇ ਹੈ 4 ਸਾਲਾਂ ਦੇ ਵਿੱਚ। ਪਹਿਲੇ ਸਾਲ 14 ਰੁਪਏ, ਅਗਲੇ 3 ਸਾਲਾਂ ਦੇ ਵਿੱਚ 7-7 ਰੁਪਏ ਕਿਸਾਨ ਨੂੰ ਦੇਣੇ ਹੈ। ਇਸ ਵਾਸਤੇ ਸਰਕਾਰ ਮੰਗ ਕਰਦੀ ਹੈ ਕਿ ਜਿਹੜੇ ਖੇਤ ਦੇ ਵਿੱਚ ਪੌਦਾ ਲਾਉਣਾ ਹੈ ਉਹਦੀ ਜਮ੍ਹਾਂਬੰਦੀ ਦੀ ਨਕਲ, ਆਧਾਰ ਕਾਰਡ ਦੀ ਕਾਪੀ, ਬੈਂਕ ਦੀ ਪਾਸਬੁੱਕ ਦੀ ਫੋਟੋ ਕਾਪੀ ਅਤੇ ਇੱਕ ਪਾਸਪੋਰਟ ਸਾਈਜ਼ ਫੋਟੋ ਸਾਡੇ ਕਿਸੇ ਵੀ ਵਿਭਾਗ ਦੇ ਕਰਮਚਾਰੀ ਕਿਸੇ ਦਫ਼ਤਰ ਦੇ ਵਿੱਚ ਜਾਂ ਸਾਡੇ ਨਾਲ ਸੰਪਰਕ ਕਰਕੇ ਉਹ ਆਪਦਾ ਇਸ ਸਕੀਮ ਦਾ ਫਾਇਦਾ ਉਠਾ ਸਕਦਾ ਹੈ। ਜਿਨ੍ਹਾਂ ਕਿਸਾਨਾਂ ਦੇ ਹਾਲੇ ਤੱਕ ਸਬਸਿਡੀ ਨਹੀਂ ਪਈ ਉਹ ਸਾਡੇ ਕੋਲ ਦੁਬਾਰਾ ਆ ਕੇ ਜਾਂ ਸਾਡੇ ਨਾਲ ਫੋਨ 'ਤੇ ਸੰਪਰਕ ਕਰਕੇ ਇਸ ਸਕੀਮ ਦਾ ਫਾਇਦਾ ਲੈ ਸਕਦਾ ਹੈ। ਇਸ ਦੇ ਨਾਲ ਨਾਲ ਹੋਮ ਹਰਬਲ ਗਾਰਡਨ ਸਕੀਮ ਹੈ, ਘਰਾਂ ਦੇ ਵਿੱਚ ਕੁਦਰਤੀ ਪ੍ਰਣਾਲੀ ਨੂੰ ਪ੍ਰਮੋਟ ਕਰਨ ਵਾਸਤੇ, ਉਤਸ਼ਾਹਿਤ ਕਰਨ ਵਾਸਤੇ ਵਨ ਵਿਭਾਗ ਨੇ ਇੱਕ ਉਪਰਾਲਾ ਕੀਤਾ ਹੈ, ਜਿਸ ਦੇ ਤਹਿਤ ਸਾਡੀਆਂ ਜੜੀਆਂ ਬੂਟੀਆਂ ਜਿਹੜੀਆਂ ਸਾਡੀਆਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਅਸੀਂ ਵਰਤਦੇ ਹਾਂ, ਜਿਵੇਂ ਜਮੈਣ ਹੈ, ਸੌਂਫ ਹੈ, ਹਲਦੀ ਹੈ, ਸੁਹਾਂਜਨਾ ਹੈ, ਐਲੋਵੀਰਾ ਹੈ ਜਾਂ ਨਿੰਮ ਹੈ, ਇਸ ਤਰ੍ਹਾਂ ਦੇ ਪੌਦੇ ਜਿਹੜੇ ਅਸੀਂ ਘਰਾਂ ਦੇ ਵਿੱਚ ਲਾ ਕੇ ਇਹਨਾਂ ਦਾ ਯੋਗ ਪ੍ਰਣਾਲੀ ਰਾਹੀਂ ਵਰਤੋਂ ਕਰਕੇ ਆਪਦੇ ਸਵੱਸਥ ਜੀਵਨ ਨੂੰ ਬਰਕਰਾਰ ਰੱਖ ਸਕਦੇ ਹੈ। ਇਹਦੇ ਵਾਸਤੇ ਇਹ ਸਕੀਮ ਕੀਤੀ ਗਈ ਹੈ। ਇਹ ਸਾਡੇ ਕੋਲ ਫਾਰਮ ਵੀ ਦੇ ਸਕਦੇ ਹੈ, ਸਾਡੇ ਨਾਲ ਫੋਨ 'ਤੇ ਸੰਪਰਕ ਕਰਕੇ ਅਸੀਂ ਮੁਫ਼ਤ ਇਹ ਪੌਦੇ ਘਰ ਘਰ ਸਪਲਾਈ ਦੇਣੇ ਹੈ।